At di may tulay ang iyong matuloy sa mga datan wang gandiyan. Ito si sada, sundahan ko lang iya salita. Sada na salita ko ilaga ni mo tini, ito si sara na mga mela tira niya, pa sari dehin niya, may separ ki kar rin, ki nahi kar rin. Kasi na panjimi na kutay, wilki niya niya, wala pang tiyaj pang nusi. Ano sada bache di security leak ki ti, ki ote kuy action kita. Punjab sarkar na. ਜਮ ਜਮ ਖੁਸ਼ੀਆਂ ਮਨਾਉਣ ਕੱਲ ਪੰਨੂ ਦੇ ਬੇਟੇ ਦੀ ਤੇ ਨੂੰਹ ਦੀ ਰਿਸੈਪਸ਼ਨ ਪਾਰਟੀ ਸੀ ਸਾਡੇ ਵੀ ਹੋਣੀ ਸੀ ਇਹ ਉਹ ਗੱਲਾਂ ਬਹੁਤ ਦੁੱਖ ਦਿੰਦੀਆਂ ਨੇ ਬਹੁਤ ਜਿਹੜੀ ਕਿ ਦਿਲ ਦੁਖਦਾ ਵੀ ਜਿਵੇਂ ਸਾਨੂੰ ਇੰਨੀਆਂ ਖੁਸ਼ੀਆਂ ਦੀ ਲੋੜ ਹੈ ਤੇ ਬਾਕੀ ਜਨਤਾ ਨੂੰ ਵੀ ਇਹ ਖੁਸ਼ੀਆਂ ਚਾਹੀਦੀਆਂ ਨੇ ਉਹ ਵੀ ਇੱਕ ਮਾਂ ਹੈ ਜਿਹੜੀ ਨਿੱਕੇ ਤੋਂ ਲੈ ਕੇ 29 ਸਾਲ ਤੱਕ ਇੰਤਜ਼ਾਰ ਕਰਦੀ ਹੈ ਵੀ ਮੇਰੇ ਤੇ ਵੀ ਇਹ ਕਿਤੇ ਖੁਸ਼ੀਆਂ ਹੋਣ ਵੀ ਪਾਪੀਓ ਤੁਸੀਂ ਲੋਕਾਂ ਦੇ ਬੱਚਿਆਂ ਨੂੰ ਮਾਰ ਮਾਰ ਆਪ ਖੁਸ਼ੀਆਂ ਮਨਾਉਂਦੇ ਹੋ ਚੰਗੀਆਂ ਨਹੀਂ ਲੱਗਦੀਆਂ ਸਾਨੂੰ ਉਹਨਾਂ ਬੱਚਿਆਂ ਨਾਲ ਸਾਡਾ ਕੋਈ ਵਿਚਾਰਾ ਦਾ ਨਾਲ ਕੋਈ ਵਿਰੋਧ ਨਹੀਂ ਹੈਗਾ ਆਪਦੀ ਉਹਨਾਂ ਨੂੰ ਪਰਮਾਤਮਾ ਲੰਬੀ ਜ਼ਿੰਦਗੀ ਦੇਵੇ ਪਰ ਉਹ ਆਪਦੇ ਮਾਂ ਬਾਪ ਨੂੰ ਪਿਓ ਨੂੰ ਆਪਦੇ ਨੂੰ ਮੈਸੇਜ ਦੇ ਸਕਦੇ ਆ ਵੀ ਪਾਪਾ ਸੱਚ ਦੇ ਰਸਤੇ ਤੇ ਚੱਲੋ ਕੋਈ ਨੀ ਦਿਨ ਚੜ ਜਾਂਦਾ ਦਿਨ ਛਿਪ ਜਾਂਦਾ ਹੈ ਲੱਗਦਾ ਵੀ ਅੱਜ ਕੋਈ ਕੋਈ ਖਬਰ ਦੇਣਗੇ ਸਾਨੂੰ ਤਾਂ ਕੋਈ ਹਾਲ ਤੱਕ ਕੋਈ ਪਤਾ ਹੀ ਨਹੀਂ ਲੱਗ ਰਿਹਾ ਵੀ ਕੀ ਹੋਈ ਜਾਂਦਾ ਕੀ ਨਾ ਹੋਈ ਜਾਂਦਾ ਜਿਸ ਕਿਸੇ ਨੂੰ ਫੜਦੇ ਨੇ ਸਿੱਧੂ ਨਾਲ ਜੋੜ ਦਿੰਦੇ ਨੇ ਮੈਨੂੰ ਤਾਂ ਪਤਾ ਨਹੀਂ ਤਾਂ ਕੋਈ ਖਬਰਾਂ ਖੁਬਰਾਂ ਲਈ ਆਪਦਾ ਨਾਂ ਬਣਾਉਣ ਦੇ ਮਾਰੇ ਜੋੜ ਦਿੰਦੇ ਨੇ ਪਤਾ ਨਹੀਂ ਭਾਈ ਕੋਈ ਪ੍ਰਸ਼ਾਸਨ ਦੀ ਲੰਮੀ ਲਿਸਟ ਕਰੀ ਜਾਂਦਾ 29 ਮਈ ਤੋਂ ਲੈ ਕੇ ਹੁਣ ਤੱਕ ਦੇ ਸਫ਼ਰ ਧੰਨਵਾਦ ਕਰਦੀ ਹਾਂ ਤੁਸੀਂ ਸਾਡਾ ਸੁਣਦਾ ਹੌਸਲਾ ਹੀ ਹੈ ਸਾਨੂੰ ਤਾਂ ਸਾਡੇ ਦੱਸਣ ਦੀ ਤਾਂ ਕੋਈ ਜ਼ਿਆਦਾ ਜ਼ਰੂਰਤ ਨਹੀਂ ਤੁਸੀਂ ਸਾਰਾ ਦਿਨ ਮੋਬਾਈਲਾਂ 'ਤੇ ਰਹਿੰਦੇ ਆਪਾਂ ਸਾਰੇ ਦੇਖਦੇ ਹਾਂ ਵੀ ਸਰਕਾਰ ਕੀ ਕਰ ਰਹੀ ਹੈ ਕੀ ਨਹੀਂ ਕਰ ਰਹੀ ਅਸੀਂ ਤਾਂ 5 ਮਹੀਨੇ ਕਿਤਾਏ ਵਿਲਕੀ ਜਾਂਦੇ ਹਾਂ ਜਿਹੜਾ ਬਲਤੇਜ ਪੰਨੂ ਸੀ ਉਹਨੇ ਸਾਡੇ ਬੱਚੇ ਦੀ ਸਿਕਿਉਰਿਟੀ ਲੀਕ ਕੀਤੀ ਸੀ ਉਹ 'ਤੇ ਕੋਈ ਐਕਸ਼ਨ ਕੀਤਾ ਪੰਜਾਬ ਸਰਕਾਰ ਨੇ ਕੋਈ ਜਮ ਜਮ ਖੁਸ਼ੀਆਂ ਮਨਾਉਣ ਕੱਲ ਪੰਨੂ ਦੇ ਬੇਟੇ ਦੀ ਤੇ ਨੂੰਹ ਦੀ ਰਿਸੈਪਸ਼ਨ ਪਾਰਟੀ ਸੀ ਸਾਡੇ ਵੀ ਹੋਣੀ ਸੀ ਇਹ ਉਹ ਗੱਲਾਂ ਬਹੁਤ ਦੁੱਖ ਦਿੰਦੀਆਂ ਨੇ ਬਹੁਤ ਜਿਹੜੀ ਕਿ ਦਿਲ ਦੁਖਦਾ ਵੀ ਜਿਵੇਂ ਸਾਨੂੰ ਇੰਨੀਆਂ ਖੁਸ਼ੀਆਂ ਦੀ ਲੋੜ ਹੈ ਤੇ ਬਾਕੀ ਜਨਤਾ ਨੂੰ ਵੀ ਇਹ ਖੁਸ਼ੀਆਂ ਚਾਹੀਦੀਆਂ ਨੇ ਉਹ ਵੀ ਇੱਕ ਮਾਂ ਹੈ ਜਿਹੜੀ ਨਿੱਕੇ ਤੋਂ ਲੈ ਕੇ 29 ਸਾਲ ਤੱਕ ਇੰਤਜ਼ਾਰ ਕਰਦੀ ਹੈ ਵੀ ਮੇਰੇ ਤੇ ਵੀ ਇਹ ਕਿਤੇ ਖੁਸ਼ੀਆਂ ਹੋਣ ਵੀ ਪਾਪੀਓ ਤੁਸੀਂ ਲੋਕਾਂ ਦੇ ਬੱਚਿਆਂ ਨੂੰ ਮਾਰ ਮਾਰ ਆਪ ਖੁਸ਼ੀਆਂ ਮਨਾਉਂਦੇ ਹੋ ਚੰਗੀਆਂ ਨਹੀਂ ਲੱਗਦੀਆਂ ਸਾਨੂੰ ਉਹਨਾਂ ਬੱਚਿਆਂ ਨਾਲ ਸਾਡਾ ਕੋਈ ਵਿਚਾਰਾ ਦਾ ਨਾਲ ਕੋਈ ਵਿਰੋਧ ਨਹੀਂ ਹੈਗਾ ਆਪਦੀ ਉਹਨਾਂ ਨੂੰ ਪਰਮਾਤਮਾ ਲੰਬੀ ਜ਼ਿੰਦਗੀ ਦੇਵੇ ਪਰ ਉਹ ਆਪਦੇ ਮਾਂ ਬਾਪ ਨੂੰ ਪਿਓ ਨੂੰ ਆਪਦੇ ਨੂੰ ਮੈਸੇਜ ਦੇ ਸਕਦੇ ਆ ਵੀ ਪਾਪਾ ਸੱਚ ਦੇ ਰਸਤੇ ਤੇ ਚੱਲੋ ਕੋਈ ਨੀ ਦਿਨ ਚੜ ਜਾਂਦਾ ਦਿਨ ਛਿਪ ਜਾਂਦਾ ਲੱਗਦਾ ਵੀ ਅੱਜ ਕੋਈ ਕੋਈ ਖਬਰ ਦੇਣਗੇ ਸਾਨੂੰ ਤਾਂ ਕੋਈ ਹਾਲ ਤੱਕ ਕੋਈ ਪਤਾ ਹੀ ਨਹੀਂ ਲੱਗ ਰਿਹਾ ਵੀ ਕੀ ਹੋਈ ਜਾਂਦਾ ਕੀ ਨਾ ਹੋਈ ਜਾਂਦਾ ਜਿਸ ਕਿਸੇ ਨੂੰ ਫੜਦੇ ਨੇ ਸਿੱਧੂ ਨਾਲ ਜੋੜ ਦਿੰਦੇ ਨੇ ਮੈਨੂੰ ਤਾਂ ਪਤਾ ਨਹੀਂ ਤਾਂ ਕੋਈ ਖਬਰਾਂ ਖੁਬਰਾਂ ਲਈ ਆਪਦਾ ਨਾਂ ਬਣਾਉਣ ਦੇ ਮਾਰੇ ਜੋੜ ਦਿੰਦੇ ਨੇ ਪਤਾ ਨਹੀਂ ਭਾਈ ਕੋਈ ਪ੍ਰਸ਼ਾਸਨ ਦੀ ਲੰਮੀ ਲਿਸਟ ਕਰੀ ਜਾਂਦਾ